ਗੁੱਡ ਮਾਰਨਿੰਗ ਆਲ ਫਿਊ ਅੱਜ ਅਸੀਂ ਨਵੀਂ ਚਮਾ ਦਾ ਚੈਪਟਰ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਕੰਮ ਰੁਕ ਕਰਨ ਜਾ ਰਹੇ ਹਾਂ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਈਸਵੀ ਵਿੱਚ ਬੜਾ ਪਿੰਡ ਲੋਹਟਿਆ ਜ਼ਿਲ੍ਹਾ ਸਿਆਲकोट ਪਾਕਿਸਤਾਨ ਵਿੱਚ ਹੋਇਆ ਉਹਨਾਂ ਦੇ ਪਿਤਾ ਪੰਡਿਤ ਕਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਘਰੇਲੂ ਕੋ ਔਰਤ ਸਨ ਵਣ ਤੋਂ ਬਾਅਦ ਉਹ ਬਟਾਲੇ ਜ਼ਿਲ੍ਹਾ ਗੁਰਦਾਸਪੁਰ ਆ ਗਏ। ਇੱਥੇ ਹੀ ਸ਼ਿਵ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਦੀ ਸੁਰੀਲੀ ਆਵਾਜ਼ ਨੇ ਉਹਨਾਂ ਨੂੰ ਅਤੇ ਉਹਨਾਂ ਦੀ ਕਵਿਤਾ ਨੂੰ ਬੜਾ ਹੀ ਹਰਮਨ ਪਿਆਰ ਪਿਆਰਾ ਬਣਾ ਦਿੱਤਾ। ਉਹਨਾਂ ਨੂੰ ਪੰਜਾਬੀ ਦਾ ਸ਼ੈਲੇਵੀ ਕਿਹਾ ਜਾਂਦਾ ਹੈ। ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਪੀੜਾ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚੀੜੀਆਂ, ਮੈਨੂੰ ਵਿਦਿਆ ਕਰੋ, ਲੂਣਾ, ਮੈਂ ਤੇ ਮੈਂ ਆrti ਬੀਰਹਾ। ਉਹ ਸੁਲਤਾਨ ਆਦੀ ਸਨ ਉਹਨਾਂ ਦਾ ਦੇਹਾਨ 6 ਮਈ 1973 ਈਸਵੀ ਨੂੰ ਹੋਇਆ 1967 ਵਿੱਚ ਉਹਨਾਂ ਦੀ ਸਹਿਤਕ ਰਚਨਾ ਲੂਣਾ ਤੇ ਉਹਨਾਂ ਨੂੰ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਸ਼ਿਵ ਦੀ ਕਵਿਤਾ ਦੁੱਖ ਨੀਜੀ ਦਰਦ ਅਤੇ ਵਿਛੋੜੇ ਤੇ ਕੇਂਦ੍ਰਿਤ ਹੈ ਕਵਿਤਾ ਰੁੱਖ ਵਿੱਚ ਦੱਸਿਆ ਗਿਆ ਹੈ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕਵੀ ਨੂੰ ਕੁਝ ਰੁੱਖ ਆਪਣੇ पुत वर्गे लगते हैं कुछ अपनी माँ वर्ग प्रतीत होंगे ने कुछ नू नूह तीह वर्गे प्रतीत होंगे कुछ उसने भराव वाग भाव सागे संबंधियां वाग प्रतीत होंगे कुछ रुख मेरे बाबे वाकण पत्थर टावा टावा कहेंद कुछ रुख मैं पत्थरटावटाव अपने बाबे वर्ग के प्रतीत होंगे ने कुछ रुख मेरी दादी वर्गे कहें कुछ रुख मैं अपनी ददी वर्ग प्रतीत होंगे ने जेड़ी चूरी पावण कावा जो चूरी बना के कावे पाती नज़र आती है कुछ रुख यार लगते कहें कुछ रुख मैं अपने यारा वर्गे लगते हैं जिन्होंने मेरा चूमन से गल ला दिल करता है एक रुख मेरी महबूबा वक्न मिठा अते दुखावान कवि अप रुख अपनी महबूबा वर्गा लगता है जो उस मिठा और दुखाव प्रतीत हों कुछ रुख मेरा दिल करता है ਮੋٹے ਚੁੱਕ ਖਿਡਾਵਾਂ ਕੁਛ ਰੁਕ ਉਸ ਨੂੰ ਛੋਟੇ ਬਾਲ ਵਕਨ ਪਤਿਤ ਹੁੰਦੇ ਨੇ ਜਿਸ ਨੂੰ ਉਸ ਦਾ ਮਨ ਕਰਦਾ ਹੈ ਕਿ ਆਪਣੇ ਮੋٹے ਦੇ ਉੱਤੇ ਚੱਕ ਕੇ ਖਿਡਾ ਲਵੇ ਚੁੰਮਾ ਤੇ ਗੱਲ ਲਗਾ ਲਵਾ ਕਹਿੰਦਾ ਕੁਛ ਰੁਕ ਮੇਰਾ ਦਿਲ ਕਰਦਾ ਹੈ ਚੁੰਮਾ ਤੇ ਮਰ ਜਾਵਾਂ ਕੁਛ ਰੁਕ ਜਦ ਵੀ ਰਲ ਕੇ ਚੁੰਮਣ ਤੇਜ ਲਗਣ ਜਦਵਾਵਾਂ ਕਹਿੰਦੇ ਜਦੋਂ ਤੇਜ਼ ਹਵਾਵਾਂ ਚਲਦੀਆਂ ਨੇ ਰੁੱਖ ਇਸ ਤਰ੍ਹਾਂ ਚੁੱਲਦੇ ਨੇ ਔਰ ਉਹਨਾਂ ਦੀ ਬੋਲੀ ਮੈਨੂੰ ਸਾਵੀ ਪ੍ਰਤੀਤ ਹੁੰਦੀ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਰੁੱਖਾਂ ਦੀ ਜਿਹੜੀ ਬੋਲੀ ਹੈ ਉਹ ਸਾਵੀ ਹੈ ਦਿਲ ਕਰਦਾ ਲਿਖ ਜਾਵਾ ਮੇਰਾ ਵੀ ਇਹ ਦਿਲ ਕਰਦਾ ਹੈ ਰੁੱਖ ਦੀ ਜੂਨ ਆਵਾ ਕਵੀ ਚਾਹੁੰਦਾ ਹੈ ਕਿ ਮੈਂ ਮੇਰਾ ਜਦੋਂ ਵੀ ਜਨਮ ਹੋਵੇ ਮੈਂ ਰੁੱਖਾਂ ਦੀ ਜੂਨ ਵਿੱਚ ਆਵਾ ਜੇ ਤੁਸੀਂ ਮੇਰਾ ਗੀਤ ਸੁਣਨਾ ਮੈਂ ਰੁੱਖਾਂ ਵਿੱਚ ਗਾਵਾ ਕਹਿੰਦਾ ਜੇ ਤੁਸੀਂ ਮੇਰਾ ਗੀਤ ਸੁਣਨਾ ਚਾਹੁੰਦੇ ਹੋ ਮੇਰੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹੋ ਤੇ ਉਹ ਮੈਨੂੰ ਤੁਸੀਂ ਮੈਨੂੰ ਰੁੱਖਾਂ ਦੇ ਵਿੱਚ ਹੀ ਲੱਗੋ ਜੇ ਤੁਸੀਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ ਕਹਿੰਦੇ ਜਿਸ ਤਰ੍ਹਾਂ ਇੱਕ ਰੁੱਖ ਦੀ ਛਾਂ ਲੱਗਦੀ ਹੈ ਉਸੇ ਤਰ੍ਹਾਂ ਉਸ ਨੂੰ ਰੁੱਖ ਦੀ ਛਾਂ ਦੀ ਤਰ੍ਹਾਂ ਮਾਂ ਪ੍ਰਤੀਤ ਹੁੰਦੀ ਹੈ ਇਸ ਵਿੱਚ ਕਵੀ ਨੇ ਸਾਰੇ ਰਿਸ਼ਤਿਆਂ ਨੂੰ ਇੱਕ ਰੁੱਖ ਦੇ ਨਾਲ ਤੁਲਨਾ ਕੀਤੀ ਹੈ ਜਿਸ ਤਰ੍ਹਾਂ ਇਨਸਾਨ ਦੇ ਰੁੱਖ ਸੁਖਾਵੇਂ ਹੁੰਦੇ ਨੇ ਉਸੇ ਤਰ੍ਹਾਂ ਉਸ ਨੂੰ ਰੁੱਖ ਵੀ ਬਸ ਕੋ ਹਾਂਵੇਂ ਲੱਗਦੇ ਨੇ ਇਸ ਕਵਿਤਾ ਵਿੱਚ ਦੱਸਿਆ ਗਿਆ ਹੈ ਕਿ ਸਾਨੂੰ ਰੁੱਖਾਂ ਨੂੰ ਨਹੀਂ ਕੱਟਣਾ ਚਾਹੀਦਾ ਸਗੋਂ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤਾਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਦੇ ਨਾਲ ਵਾਤਾਵਰਣ ਨੂੰ ਸੰਤੁਲਿਤ ਕਰਕੇ ਇਹਨਾਂ ਤੋਂ ਲਾਭ ਉਠਾ ਸਕਣ ਵਿਗਿਆਨ ਅਤੇ ਪ੍ਰਗਤੀ ਦੀ ਅੰਨੀ ਦੌੜ ਵਿੱਚ ਆ ਕੇ ਅਸੀਂ ਇਹਨਾਂ ਰੁੱਖਾਂ ਨੂੰ ਨਾ ਕਟਾਈਏ ਧੰਨਵਾਦ